ਅਸਲਾਮੁਅਲੈਕੁਮ ਜੀ ਸਾਰਿਆਂ ਭੈਣਾਂ ਭਰਾਵਾਂ ਬੱਚਿਆਂ ਨੂੰ, ਅਤੇ ਇਹ ਜਿਹੜਾ ਅਖਾੜੇ ਦੇ ਹਾਲਾਤ ਵਾਕਿਆਤ ਮੁਲਕੀ ਹਾਲਾਤ ਨੇ, ਇਸ ਦੇ ਨਾਲ ਚੱਲਣਾ। ਜਿਹੜਾ ਡੀ ਸੀ ਸਾਹਿਬ ਦੀ ਰਾਤੀ ਜੱਬਾ ਸਾਹਿਬ ਦੀ ਗੱਲ ਸੁਣੀ ਹੈ ਤਾਂ ਉਸ ਦੇ ਉੱਤੇ ਅਸਾਂ ਅਮਲ ਕਰਨਾ ਹੈ। ਜੇ ਸਾਰੇ ਪ੍ਰੋਗਰਾਮ ਅਸਾਂ ਮੁਲਤਵੀ ਕਰ ਦਿੱਤੇ ਨੇ, ਲਿਹਾਜ਼ਾ ਮੁਲਕੀ ਹਾਲਾਤ ਦੇ ਨਾਲ ਚੱਲਣਾ। ਸਮਝ ਆਈ ਹੈ? ਜਿਹੜਾ ਪ੍ਰੋਗਰਾਮ ਹੋਇਆ ਅਸੀਂ ਜਾਦੇ ਵਾਲੇ ਅਖਾੜੇ ਦੇ ਬਾਰੇ ਸਾਰਿਆਂ ਨੂੰ ਵਜ਼ਾਹਤ ਹੈ। ਆਉਣ ਜਾਣ ਬਾਹਰ ਅੰਦਰ ਸਾਰੇ ਮੁਲਕ ਨੂੰ ਪਤਾ ਕਿ ਅੱਜ 76ਵਾਂ ਸਾਲ ਹੋ ਰਿਹਾ ਇਸ ਗੈਦਰਿੰਗ ਨੂੰ। ਇਸ ਜ਼ਿਮੀਦਾਰ ਚੰਗੇ ਤਗੜੇ ਜ਼ਿਮੀਦਾਰ ਪੰਜਾਬ ਲੈਵਲ ਦੇ ਆ ਗਏ ਤਾਂ ਆਪਣਾ ਸ਼ੁਕਰ ਰੌਣਕ ਕਰਦੇ ਨੇ। ਔਰ ਬਕਾਇਦਾ ਬਾੜੀ ਉਹ ਦੂਏ ਪ੍ਰੋਗਰਾਮ ਸਾਰੇ ਅਸੀਂ ਕੈਂਸਲ ਕੀਤੇ ਨੇ ਕਿ ਜੇ ਜੈਸੇ ਮੁਲਕੀ ਹਾਲਾਤ ਠੀਕ ਹੋਣ ਦੇ ਅਸੀਂ ਇਨਸ਼ਾਅੱਲਾ ਉਸਦੇ ਮੁਤਾਬਕ ਆਪਣਾ ਲਾਏ ਅਮਲ ਤਿਆਰ ਕਰਾਂਗੇ।